Pino! Oh, Pino! ਪਤਾ ਨਹੀਂ ਕਿੱਥੇ ਚਲੀ ਗਈ। ਇਸ ਘਰ 'ਚੋਂ ਕੋਈ ਪੀਨੋ ਨਹੀਂ ਰਹਿੰਦੀ। ਕਿਉਂ? ਉਹਨੇ ਘਰ ਬਦਲ ਲਿਆ? ਜੀ ਨਹੀਂ, ਘਰ ਨਹੀਂ ਬਦਲਿਆ, ਨਾਂ ਬਦਲ ਲਿਆ। ਅੱਜ ਤੋਂ ਮੇਰਾ ਨਾਂ ਹੈ ਅਰੂਸਾ। ਕਿਹਸਾ ਲੱਗਿਆ ਮੇਰਾ ਨਵਾਂ ਨਾਂ? ਬਹੁਤ ਬੁਰਾ। ਉਹ ਬੇਗਮ ਆਪਣੇ ਹਿਸਾਬ ਦਾ ਨਾਂ ਰੱਖ, ਅਰੂਸਾ ਨਹੀਂ ਦਮੂਸਾ। ਖੁਦਾ ਨੂੰ ਭੁੱਖਿਆ ਛੱਡ ਕੇ ਆਪ ਵਾਪਸ ਜਾ ਰਹੀ? 10 ਮਿੰਟ ਦੀ ਮੇਰੀ ਵਾਕ ਹੈ, ਅੱਧੇ ਘੰਟੇ ਮਰ ਨਹੀਂ ਜਾਓਗੇ ਤੁਸੀਂ। ਲੱਭੂ, ਓ ਲੱਭੂ! ਜੀ ਅੱਬੂ, ਮੇਰਾ ਮਤਲਬ ਹੈ ਜੀ ਸਾਹਿਬ, ਜੀ ਮਾਲਕ। ਮਾਲਕ ਹਾਏ, ਓਏ ਮਾਲਕ, ਤਾਂ ਮੈਂ ਇਸ ਘਰ 'ਚ ਆਪਣੀ ਬੀਵੀ ਦਾ ਨਹੀਂ ਬਣ ਸਕਿਆ, ਤੇਰਾ ਕਿੱਥੋਂ ਬਣਨਾ? ਔਰ ਇਸੇ ਦੁੱਖ 'ਚ ਅੱਜ ਮੈਂ ਤੈਨੂੰ ਘਰੋਂ ਬਾਹਰ ਕੱਢਣ ਲੱਗਾ। ਸ਼ਾਬਾਸ਼, ਜੇ ਕੱਢਣਾ ਤਾਂ ਮੁਲਕੋਂ ਬਾਹਰ ਕੱਢੋ। ਰੱਬ ਦਾ ਵਾਸਤਾ, ਜੇ ਮੈਨੂੰ ਅਮਰੀਕਾ ਭੇਜ ਦਿਓ, ਮੈਂ ਅਮਰੀਕਾ ਜਾਂਦਾ ਹੀ ਤੁਹਾਡੇ ਵੀਜ਼ੇ ਦਾ ਬੰਦੋਬਸਤ ਕਰਾਂਗਾ। ਅਜਾ ਦਫਾ ਜਾ ਇੱਥੋਂ, ਮੈਂ ਤੈਨੂੰ ਆਪਣੇ ਬੱਚਿਆਂ ਵਾਂਗੂ ਪਾਲਿਆ। ਜੋ ਆਪਣੇ ਪੁੱਤਰ ਅਸਲਮ ਨੂੰ ਖਵਾਇਆ, ਉਹੀ ਤੈਨੂੰ ਖਵਾਇਆ, ਔਰ ਤੈਨੂੰ ਮੇਰਾ ਟੰਗ ਦਾ ਅਹਿਸਾਸ ਨਹੀਂ। ਸਾਹਿਬ ਜੀ, ਤੁਹਾਡਾ ਅਹਿਸਾਸ ਬੜਾ ਹੈ ਮੈਨੂੰ। ਕੁਛ ਨਹੀਂ ਹੋਏ, ਝੂਠ ਬੋਲਣਾ ਤੂੰ। ਜੇ ਤੈਨੂੰ ਮੇਰਾ ਅਹਿਸਾਸ ਹੁੰਦਾ ਤੇ ਤੂੰ ਮੇਰੇ ਵਾਸਤੇ ਆਲੂ ਵਾਲੇ ਪਰੌਂਠੇ ਨਾ ਬਣਾ ਲਿਆਉਂਦਾ। ਸਾਹਿਬ ਜੀ, ਗੱਡੀ ਹੈ, ਜੇਬ 'ਚ 50-60 ਰੁਪਈਏ ਵੀ ਹੋਣ, ਚੁੰਗੀ ਤੋਂ 10 ਰੁਪਏ ਦਾ ਆਲੂਆਂ ਦਾ ਪਰੌਂਠਾ ਮਿਲਦਾ, ਖਾ ਕੇ ਆ ਜਾਓ। ਤੁਸੀਂ ਤਾਂ ਐਵੇਂ ਮਰਨ ਵਾਲੇ ਹੋ ਜਾਂਦੇ। ਸ਼ਾਬੋ, ਮੈਂ ਕਿਤੇ ਜੱਜ ਲੈ ਕੇ ਜ਼ਰੂਰ ਆਵਾਂਗਾ, ਜ਼ਰੂਰ ਆਵਾਂਗਾ, ਜ਼ਰੂਰ ਆਵਾਂਗਾ। ਗੁੱਡ ਮਾਰਨਿੰਗ ਅੱਬੂ। ਗੁੱਡ ਮਾਰਨਿੰਗ ਅੱਬੂ ਜੀ, ਆਲੂ ਵਾਲੇ ਪਰਾਂਠੇ ਖਾਣ ਦਾ ਪਲਾਨ ਹੈ? ਪਤਾ ਨਹੀਂ, ਪਤਾ ਨਹੀਂ। ਅੱਬੂ ਜੀ, ਮੈਂ ਵੀ ਖਾਵਾਂਗੀ। ਰਹਿਣ ਦੇ, ਰਹਿਣ ਦੇ, ਰਹਿਣ ਦੇ, ਚੱਲ ਰਹਿਣ ਦੇ, ਪਹਿਲੇ ਮਾਂ ਨੂੰ ਤੇਰੀ ਆ ਲੈਣ ਦੇ। ਜ਼ਰਾ ਕਿਵੇਂ ਚ ਕਰੇ ਲੈ ਅੱਜ ਭੈਣ ਦੇ, ਚੱਲ ਰਹਿਣ ਦੇ, ਚੱਲ ਰਹਿਣ ਦੇ। ਮੇਰਾ ਮਤਲਬ ਹੈ ਸਾਹਿਬ ਜੀ, ਤੁਸੀਂ ਤੇ ਐਵੇਂ ਪਰੇਸ਼ਾਨ ਹੋ ਜਾਂਦੇ। ਮੈਂ ਆਪਣੇ ਮਾਲਕਾਂ, ਮੇਰਾ ਮਤਲਬ ਹੁਣੇ ਆਲੂ ਵਾਲੇ ਪਰੌਂਠੇ ਬਣਾ ਕੇ ਲਿਆਉਣਾ। ਜਿਹਦੇ ਵਿੱਚ ਮਿੰਨੀ ਬਿਲਡੋਜ਼ਰ ਆਰਾਮ ਨਾਲ ਲਗਾ ਫਿਰਦਾ। ਹਾਏ ਹਾਏ, ਤੁਹਾਡੇ ਨਾਲ ਗੱਲ ਕੀ ਕਰਾਂ, ਤੁਹਾਡਾ ਤਾਂ ਮਾਈਂਡ ਹੀ ਨਹੀਂ ਹੈਗਾ। ਮਾਈਂਡ ਹੁੰਦਾ ਬੇਗਮ ਸਾਹਿਬਾ। ਸ਼ਟ ਅਪ ਅੱਬਾ ਜੀ, ਇਹ ਅੰਮੀ ਨੂੰ ਕੀ ਹੋ ਗਿਆ? ਉਹ ਛੱਡ ਦੇ ਬੇਟਾ, ਇਹ ਤੇਰੀ ਮਾਂ ਪਾਗਲ ਹੋ ਗਈ ਹੈ, ਇਹਨੇ ਤਾਂ ਮਸ਼ਹੂਰ ਹੋ ਜਾਣਾ ਮਹੱਲੇ 'ਚ, ਪੀਨੋ ਪਾਗਲ, ਪੀਨੋ ਪਾਗਲ, ਪੀਨੋ ਪਾਗਲ। ਤੁਸੀਂ ਇਸ ਤਰ੍ਹਾਂ ਕਰੋ, ਪਰਾਂਠੇ ਖਾਓ ਤੇ ਮੇਰੀ ਮਿਹਨਤ ਦੀ ਦਾਤ ਦਿਓ ਮੈਨੂੰ। ਪੈਸੇ ਦਾ ਬੰਦੋਬਸਤ ਕਿੱਥੋਂ ਹੋਏਗਾ? ਕਿਉਂਕਿ ਲੇਟ ਰਾਤ ਨੂੰ ਸੌਂਦਾ,
ਤੇ ਸਵੇਰੇ ਲੇਟ ਉੱਠਦਾ ਹੈ। ਡੈਡੀ ਐਮਬੀਏ ਕਰਨਾ ਇੰਨਾ ਸੌਖਾ ਨਹੀਂ, ਸਾਰੀ ਰਾਤ ਪੜਾਂਗੇ ਤੇ ਸਵੇਰ ਨੂੰ ਦੇਰ ਨਾਲ ਹੀ ਉੱਠਣਾ ਹੈ ਨਾ। ਹੈ ਬੇਟਾ, ਮਸਲਾ ਕੀ ਹੈ? ਲੱਭੂ, ਗੈਟ ਆਊਟ ਫਰਮ ਹੇਅਰ। ਚੁੱਪ, ਤੂੰ ਦੱਸ ਵੀ ਕੀ ਗੱਲ ਹੈ? ਗੱਲ ਹੈ ਡੈਡੀ ਕਿ ਸਾਡੇ ਕਾਲਜ ਵਿੱਚ ਇੱਕ ਚੈਰਿਟੀ ਸ਼ੋਅ ਹੋ ਰਿਹਾ, ਉਹਦੇ ਵਾਸਤੇ ਮੈਨੂੰ ਸਿਰਫ 2 ਨੋਟ ਚਾਹੀਦੇ ਨੇ। ਬਸ ਡੈਡੀ, 10-10 ਵਾਲੇ ਨਹੀਂ ਚਾਹੀਦੇ। ਹੋਰ ਤੈਨੂੰ 100-100 ਵਾਲੇ ਦੇ ਆ। ਡੈਡੀ, 100-100 ਵਾਲੇ ਨਹੀਂ, 5,000 ਵਾਲੇ ਚਾਹੀਦੇ ਨੇ। 5,000 ਵਾਲੇ? ਬਸ ਜਲਦੀ ਨਾਲ 10,000 ਦੇ ਦਿਓ, ਮੈਂ ਬਹੁਤ ਲੇਟ ਹੋ ਰਿਹਾ ਵਾਂ। 10,000 ਜੁੱਤੇ ਨਾ ਮਾਰਾਂ ਤੈਨੂੰ, ਦਬਾ ਜਾ, 1 ਪੈਸਾ ਨਹੀਂ ਦਿਆਂਗਾ। ਕਿਉਂ ਨਹੀਂ ਦਿਓਗੇ 10,000 ਰੁਪਿਆ ਮੁੰਡੇ ਨੂੰ? ਹੈ, ਉਹਨੇ ਤਾਲੀਮ ਨਹੀਂ ਹਾਸਲ ਕਰਨੀ? ਹਾਂ, ਦਿਓ ਮੁੰਡੇ ਨੂੰ 10,000 ਰੁਪਇਆ। ਇਹ ਤਾਲੀਮ ਵਾਸਤੇ ਨਹੀਂ, ਕਾਲਜ ਜੀ ਸ਼ੋਅ ਮਾਰਨ ਵਾਸਤੇ ਪੈਸੇ ਮੰਗਦਾ ਹੈ। ਹਾਂ ਤੇ ਠੀਕ ਹੈ, ਬੰਦੇ ਕੋਲ ਪੈਸੇ ਨਹੀਂ ਹੋਣਗੇ, ਸ਼ੋਹੀਆਂ ਨਹੀਂ ਮਾਰੇਗਾ, ਤੂੰ ਪੜ੍ਹਾਈ ਕਿਸ ਤਰ੍ਹਾਂ ਕਰੇਗਾ? ਅੱਬੂ ਜੀ, ਤੁਸੀਂ ਪੈਸੇ ਦੇ ਦਿਓ ਨਾ, ਇਹ ਅਸਲਮ ਦੀ ਇੱਜ਼ਤ ਦਾ ਸਵਾਲ ਹੈ। ਬਹੁਤ ਵੱਡੀ ਸਿਫਾਰਿਸ਼ ਪਾ ਲਈ ਇਹਨੂੰ। ਅੱਲਾ ਬਾਪ, ਚੱਲ। ਓ ਥੈਂਕ ਯੂ ਡੈਡੀ, ਥੈਂਕ ਯੂ ਵੈਰੀ ਮੱਚ। ਵੈਸੇ ਅਗਰ ਤੁਸੀਂ ਨਾ ਬੋਲਦੇ ਤੇ ਪੈਸੇ ਕੁਝ ਘੱਟ ਹੋ ਜਾਣੇ ਸਰ। ਲੱਭੂ, ਜਾਂ ਤੂੰ ਆਪਣਾ ਕਿਚਨ 'ਚ ਜਾ ਕੇ ਕੰਮ ਕਰ। ਇਹ ਮੁੰਡਾ ਜਿੰਨੇ ਪੈਸੇ ਲੈ ਕੇ ਜਾਂਦਾ ਨਾ, ਇਹ ਜ਼ਰੂਰ ਕੋਈ ਚੰਨ ਚੜਾਏਗਾ। ਕਾਫੀ ਟਾਈਮ ਹੋ ਗਿਆ। ਹੈਲੋ, ਅੱਛਾ ਕਿੱਥੇ ਰਹਿ ਗਏ ਤੁਸੀਂ? ਮੈਂ ਮਹਿਸੂਸ ਕਰੋ ਤੇ ਮੈਂ ਤੁਹਾਡੇ ਦਿਲ ਦੇ ਦਿਲ ਦੇ ਕਰੀਬ ਆ। ਐਂ ਫਿਲਮੀ ਡਾਇਲੋਗ ਨਾ ਬੋਲੋ, ਜੇ ਆਣਾ ਨਹੀਂ ਤੇ ਮੈਨੂੰ ਦੱਸ ਦਿੰਦੇ, ਮੈਂ ਚਲੀ ਜਾ। ਇੱਕ ਤੇ ਤੁਸੀਂ ਨਾਰਾਜ਼ ਬੜੀ ਜਲਦੀ ਹੋ ਜਾਂਦੇ ਹੋ, ਜ਼ਰਾ ਮੁੜ ਕੇ ਤੇ ਵੇਖੋ। ਹੈਲੋ, ਕਮ ਔਨ ਨਾਓ, ਗੈਟ ਇਨ ਦਾ ਕਾਰ। ਵਾਓ।